पहले पातशाह श्री गुरु नानक देव जी के प्रकाशपुर संबंधी तीर्थ स्थल कपाल मोचन विखे बहुत ही भारी मेला लग्या। इस मौके देश के कोने कोने विचों संगत ने हाजरिया भरिया। सबे दुख मुके सच्चे पातशाह जी हथ बन दिया मथा टेक दिया तुसी आन टुके सच्चे पातशाह जी हेठा चानण दा दरिया बगे उतो मेर दबर से मेग बाबा जिना थावा ते पाए पैर तुसी उथे अज भी वरते देख बाबा पार नानक सब थाए कुंकार नानक हार नानक पार नानक सब थाए कुंकार नानक इस मौके डेरा प्रगटसर राणी वाला पिंड लखा जिला लुधियाना वालों विशाल लंगर भी लगाया गया जिसकी देख रेख मंत राममुनी कर रहे सन। इस लंगर विच समुचे नगर अते इलाके संगत ने बढ़ चढ़ के सहयोग दिता। श्री चंद पुत करतार दा बेड़ा तार दिता सारे संसार दा नाम श्री चंद पुत करतार दा बेड़ा तार दिता सारे संसार दा फकीरी दे राह उते जेड़ा तुरदा हुंदा पक्का ना टिकाणा उस राही दा कंदी मुंदरा दे शीश ते जटावा रखदा साहिब जादा पहली पातशाही दा कंदी मुंदरा दे शीश ते जटावा रखदा साहिब जादा पहली पातशाही दा ਕਰਕੇ ਵਿੱਚ ਸਹਿਰ ਤਲੰਬੇ ਦੇ ਜਾ ਕੇ ਤਾਰਿਆਂ ਬਲੀ ਗਦਾਰੀ ਜਲ ਖਿੱਚ ਲਿਆ ਹਮੋਲੀਂਦਾ ਰੁਕੀ ਪੰਜੇ ਨਾਲ ਪਹਾੜੀ ਜਦ ਖਿੱਚ ਲਿਆ ਹਮੋਲੀਂਦਾ ਰੁਕੀ ਪੰਜੇ ਨਾਲ ਪਹਾੜੀ ਪਰ ਅੰਮ੍ਰਿਤ ਬਾਣੀ ਨੂੰ ਸੁੱਕਾ ਬਾਗ ਹਰਾ ਸੀ ਕਰਕੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਕਰਕੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਕਰਕੇ ਜਹਾਂ ਵਿੱਚ ਪਹਾੜਾਂ ਦੇ ਜਾ ਕੇ ਸੱਜਣ ਠੱਗ ਨੂੰ ਤਾਰਿਆ ਸੋਹਣੀਆਂ ਜਨਮਾਣਿਆਂ ਦੀ ਕਈ ਦੁਖੀਆਂ ਦਾ ਦਰਦ ਨਿਵਾਰਿਆ ਸੋਹਣੀਆਂ ਜਨਮਾਣਿਆਂ ਦੀ ਕਈ ਦੁਖੀਆਂ ਦਾ ਦਰਦ ਨਿਵਾਰਿਆ ਲੈ ਕੇ ਸੰਗ ਉਸਦੇ ਕਰਕੇ
ਦਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਕਰਕੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਕਰਕੇ ਨਾਲੇ ਕੂਹੀ ਰਾਜੇ ਦੀ ਜਦੋਂ ਜੰਜ ਚੜਨ ਨੂੰ ਜਾਵੇ ਤੇਰੀ ਬਾਣੀ ਦਾਤਾ ਜੀ ਹੋਇਓ ਨੂੰ ਨਾਰੀ ਮਰਦ ਬਣਾਵੇ ਉਹ ਤੇਰੀ ਬਾਣੀ ਦਾਤਾ ਜੀ ਹੋਇਓ ਨੂੰ ਨਾਰੀ ਮਰਦ ਬਣਾਵੇ ਇੱਥੇ ਆਪ ਖਲੋ ਜਾਂਦੇ ਤਿਣਕੇ ਵਿਗੜੇ ਕਾਰਜ ਸਰਗੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਕਰਕੇ ਤੁਹਾਡਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਕਰਕੇ ਬੀਬੀਆਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬਣ ਕੇ ਛਕਿਆ। ਹੋ ਰਹੀ ਆ ਜੀ ਤੇਰੀ ਜੈ ਜੈਕਾਰ ਬੋਲੋ ਹੋ ਰਹੀ ਆ ਤੇਰੀ ਜੈ ਜੈਕਾਰ ਹੋ ਰਹੀ ਆ ਜੀ ਤੇਰੀ ਜੈ ਜੈਕਾਰ ਬੋਲੋ ਸਾਰੇ ਭਾਈ ਬੋਲ ਬਾਬਾ ਸ੍ਰੀ ਚੰਦ ਭਗਵਾਨ ਕੀ ਜੈ। ਅਸੀਂ ਡੇਰਾ ਮੁਕਤਸਰ ਮੂਮ ਨਾਲ ਸੰਬੰਧਿਤ ਹਾਂ। ਮੰਨ ਲਓ ਡੇਰਾ ਪੀ ਟੀ ਵਾਲੇ ਦੇ ਵਿੱਚ ਸਾਡਾ ਲੰਗਰ ਲੱਗ ਰਿਹਾ, ਮੰਨ ਲੈ 20 ਸਾਲ ਤੋਂ ਲੰਗਰ ਚੱਲਦਾ ਰਿਹਾ ਅਤੇ ਆਏ ਸਾਲ ਲੰਗਰ ਚੱਲਦੇ ਬਾਬਾ ਪ੍ਰਕਾਸ਼ ਮੁਨੀ ਜੀ ਬਾਬਾ ਸੰਤ ਮੁਨੀ ਜੀ ਨਾਲ ਦੇ ਸਾਡੇ ਲੰਗਰ ਚੱਲਦੇ ਆ ਅਤੇ ਚੱਲਦੇ ਰਹਿਣਗੇ ਅਤੇ ਸੰਗਤ ਲੱਖੇ ਦੀ ਅਠੂਰ ਦੀ ਚੱਕਰ ਦੀ ਮੂਮ ਦੀ ਸਾਡਾ ਵਧੀਆ ਸੰਯੋਗ ਦੇ ਰਹੀ ਹੈ ਅਤੇ ਅੱਗੇ ਤੋਂ ਵੀ ਦਿੰਦੀ ਰਹੂਗੀ। ਬਾਕੀ ਸੰਗਤਾਂ ਦੇ ਸੰਯੋਗ ਨਾਲ ਹੀ ਹੈ ਲੰਗਰ ਚੱਲਦੇ ਆ ਅਤੇ ਚੱਲ ਮਹੰਤ ਰਾਮ ਮੁਨੀ ਜੀ ਡੇਰਾ ਲੱਖਾ ਅਤੇ ਸਮੂਹ ਨਗਰ ਨਿਵਾਸੀਆਂ ਦਾ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਾ ਅਤੇ ਜੋ ਮੇਲੇ ਵਿੱਚ ਆਈਆਂ ਸੰਗਤਾਂ ਬਾਹਰੋਂ ਲਾ ਲਓ ਇੱਥੋਂ ਲਾ ਲਓ ਉਹਨਾਂ ਦਾ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ। ਪ੍ਰਸਾਦ ਨਹੀਂ ਸਰਬਤ ਦਾ ਭਲਾ ਸਿਖਾਇਆ ਤੂੰ ਕੋਈ ਕਾਟ ਨਹੀਂ ਕੋਈ ਵਾਦ ਨਹੀਂ ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ ਤੂੰ ਸਿਰਜੀ ਸਾਰੀ ਖੇਡ ਬਾਬਾ ਜਦੋਂ ਪਾਇਆ ਛੇਵਾਂ ਜਮਾ ਤੂੰ ਹੱਥਾਂ ਵਿੱਚ ਫੜ ਲਈ ਤੇਗ ਬਾਬਾ ਨਾਨਕ ਪਾ